ਨਾਟਕ ਕੀਤਾ ਜਾਂਦਾ ਹੈ ਇੱਕ ਤਰੀਕੇ ਦਾ, ਹੈ ਨਾ, ਪ੍ਰੈਕਟਿਸ ਕੀਤੀ ਪ੍ਰੈਕਟਿਸ ਜਾਂਦੀ ਜਿਹੜੀ ਆ ਉਹਨੂੰ ਕਹਿ ਸਕਦੇ ਆਪਾਂ, ਪ੍ਰੈਕਟਿਸ ਕੀਤੀ ਜਾਂਦੀ ਆ ਔਰ ਉਸ ਚੀਜ਼ ਨੂੰ ਜਿਹੜਾ ਹੋਲਾ ਮਹੱਲਾ ਕਿਹਾ ਜਾਂਦਾ ਆ ਅਤੇ ਉਹ ਹੈਲੋ ਜੀ, ਸਤਿ ਸ਼੍ਰੀ ਅਕਾਲ, ਅਸ਼ਕਾਲ ਵੈਲਕਮ ਬੈਕ ਟੂ ਆਰ ਚੈਨਲ ਪੰਜਾਬੀ ਰਿਐਕਸ਼ਨ। ਅਤੇ ਅੱਜ ਆਪਾਂ ਜਿਹੜੇ ਸੌਂਗ ਦੇ ਉੱਪਰ ਰਿਐਕਸ਼ਨ ਲੈ ਕੇ ਆਏ ਹਾਂ ਉਹ ਸੌਂਗ ਪੁੱਤ ਬਾਜਾਂ ਵਾਲੇ ਦੇ, ਅਤੇ ਸਿੰਗਰ ਹੈਗੇ ਆ ਪੰਮਾ ਗੁੱਜਰ ਜੀ, ਲੀਰਿਕਸ ਹੈਗੇ ਆ ਸੁਭਾਸ਼ ਕਰਵਾਲਾ ਜੀ ਦੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਫਿਰ ਤੁਹਾਡੇ ਅੱਗੇ ਰਿਕੁਐਸਟ ਕਰਦੇ ਹਾਂ ਕਿ ਸਾਡੇ ਜਿਹੜਾ ਦੂਸਰਾ ਚੈਨਲ ਆ ਦੀਪਜੋਤ ਵਲੌਗ, ਉਹਨੂੰ ਤੁਸੀਂ ਜਾ ਕੇ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਇਸ ਚੈਨਲ ਦੇ ਉੱਪਰ ਜਿਹੜਾ ਆ ਉਹ ਥੋੜ੍ਹਾ ਜਿਹਾ ਕੋਈ ਇਸ਼ੂ ਚੱਲ ਰਿਹਾ ਆ ਇਸ ਚੈਨਲ ਦਾ, ਔਰ ਇਸ ਕਰਕੇ ਜਿਹੜਾ ਆ ਅਸੀਂ ਦੂਸਰਾ ਅਸੀਂ ਚੈਨਲ ਜ਼ਿਆਦਾ ਵੀ ਰਿਐਕਸ਼ਨ ਜਿਹੜੇ ਉਸ ਚੈਨਲ ਉਸ ਦੇ ਪਾਉਣੇ। ਚੈਨਲ ਦੇ ਉੱਪਰ ਜਿਹੜੇ ਆ ਉਹ ਪਾ ਰਹੇ ਹਾਂ, ਤੁਸੀਂ ਦੋਨੇ ਚੈਨਲ ਜਿਹੜੇ ਆ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਤੁਹਾਡੇ ਨਾਲ ਹਮੇਸ਼ਾ ਲਈ ਜੁੜੇ ਰਹੀਏ। ਚਲੋ ਜੀ ਆਪਾਂ ਸੁਣਦੇ ਹਾਂ ਸੌਂਗ ਪੁੱਤ ਬਾਜਾਂ ਵਾਲੇ ਦੇ। ਇਹ ਭਾਗਾਂ ਵਾਲੀ ਧਰਤੀ ਏ, ਧਰਤੀ ਪੀਰ ਫਕੀਰਾਂ ਦੀ, ਰਣਜੀਤ ਸਿੰਘ ਜੈ ਯੋਧਿਆਂ ਦੀ ਤੇ ਭਗਤ ਸਿੰਘ ਜੈ ਵੀਰਾਂ ਦੀ।
ਹਾਂਜੀ ਵਾਹ, ਇਹ ਆਪਾਂ ਸੋਚਿਆ ਵੀ ਨਹੀਂ ਸੀ ਕਿ ਹੋਲੇ ਮਹੱਲੇ ਦਾ ਅਸਰ, ਕਿਉਂਕਿ ਸਿੱਖਾਂ ਦਾ ਜਿਹੜਾ ਬਹੁਤ ਮਨਾਇਆ ਜਾਂਦਾ, ਸਿੱਖਾਂ ਦੇ ਵਿੱਚ ਹੋਲਾ ਮਹੱਲਾ ਖਾਸ ਕਰਕੇ, ਅਤੇ ਅਨੰਦਪੁਰ ਸਾਹਿਬ ਜਾ ਕੇ ਮਨਾਉਂਦੇ ਨੇ ਸਿੱਖ ਹੋਲਾ ਮਹੱਲਾ। ਔਰ ਇਹ ਹੋਲਾ ਮਹੱਲਾ ਹੋਲੀ ਵਾਂਗੂ ਨਹੀਂ ਹੁੰਦਾ ਕਿ ਜਿਹੜਾ ਰੰਗ ਇੱਕ ਦੂਸਰੇ ਦੇ ਉੱਪਰ ਸੁੱਟਣਾ ਆ, ਇਹ ਹੋਲਾ ਮਹੱਲਾ ਜਿਹੜਾ ਆ ਬੜੇ ਵਿਲੱਖਣ ਤਰੀਕੇ ਨਾਲ ਜਿਹੜਾ ਆ ਉਹ ਮਨਾਇਆ ਜਾਂਦਾ ਆ ਸਿੱਖਾਂ ਵੱਲੋਂ। ਔਰ ਇਸ ਹੋਲੇ ਮਹੱਲੇ ਦੇ ਵਿੱਚ ਕੀ ਹੁੰਦਾ ਆ ਕਿ ਫੌਜਾਂ ਤਿਆਰ ਕੀਤੀਆਂ ਜਾਂਦੀਆਂ, ਦੋ ਓਪੋਜ਼ਿਟ ਸਾਈਡ ਦੀਆਂ ਫੌਜਾਂ, ਔਰ ਉਹਨਾਂ ਦੇ ਵਿੱਚ ਇੱਕ ਪ੍ਰੈਕਟਿਸ ਦੇ ਤੌਰ 'ਤੇ ਜਿਹੜੀ ਆ ਉਹ ਜੰਗ ਜਿਹੜੀ ਆ ਉਹ ਕੀਤੀ ਜਾਂਦੀ ਆ, ਔਰ ਸਾਰੇ ਜਿਹੜੇ ਯੋਧੇ ਆਪਾਂ ਆਪਣਾ ਜ਼ੋਰ ਵਿਖਾਉਂਦੇ ਆ ਉਹਦੇ ਵਿੱਚ, ਘੋੜਸਵਾਰ ਆਪਣੇ ਕਰਤੱਵ ਜਿਹੜੇ ਆ ਉਹ ਦਿਖਾਉਂਦੇ ਆ, ਉਹਨੂੰ ਜਿਹੜਾ ਹੋਲਾ ਮਹੱਲਾ ਕਿਹਾ ਜਾਂਦਾ ਆ। ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਹੋਲੀ ਜਿਹੜੀ ਆ ਉਹ ਅਸੀਂ ਨਹੀਂ ਖੇਡਦੇ, ਅਸੀਂ ਤਾਂ ਹੋਲਾ ਮਹੱਲਾ ਜਿਹੜਾ ਆ ਉਹ ਖੇਡਾਂਗੇ। ਇਹਦਾ ਮਤਲਬ ਹੁੰਦਾ ਆ ਮਹੱਲੇ ਦਾ ਮਤਲਬ ਹੁੰਦਾ ਆ ਹਮਲਾ, ਹੈ ਨਾ, ਹੋਲਾ ਅਤੇ ਮਹੱਲਾ। ਅਤੇ ਇਸ ਕਰਕੇ ਜਿਹੜੀ ਹਮਲੇ ਵਾਲੀ ਜਗ੍ਹਾ ਜਿਹੜੀ ਆ, ਔਰ ਜਿੱਥੇ ਹਮਲੇ ਦੀਆਂ ਤਿਆਰੀਆਂ, ਹਮਲੇ ਦਾ ਇੱਕ ਨਾਟਕ ਕੀਤਾ ਜਾਂਦਾ ਆ ਇੱਕ ਤਰੀਕੇ ਦਾ, ਹੈ ਨਾ, ਪ੍ਰੈਕਟਿਸ ਜਿਹੜੀ ਆ ਉਹਨੂੰ ਕਹਿ ਸਕਦੇ ਹਾਂ ਆਪਾਂ, ਪ੍ਰੈਕਟਿਸ ਕੀਤੀ ਜਾਂਦੀ ਆ, ਔਰ ਉਸ ਚੀਜ਼ ਨੂੰ ਜਿਹੜਾ ਹੋਲਾ ਮਹੱਲਾ ਕਿਹਾ ਜਾਂਦਾ ਆ। ਅਤੇ ਉਸ ਚੀਜ਼ ਬਾਰੇ ਗੱਲ ਕੀਤੀ ਆ ਕਿ ਇਸ ਵਾਰੀ ਜਿਹੜਾ ਹੋਲਾ ਮਹੱਲਾ ਅਸੀਂ ਦਿੱਲੀ ਜਾ ਕੇ ਖੇਡਾਂਗੇ, ਔਰ ਇਹ ਬਹੁਤ ਵਧੀਆ ਤਰੀਕੇ ਨਾਲ ਸੁਭਾਸ਼ ਕਟਵਾਲਾ ਜੀ ਨੇ ਲਿਖਿਆ ਕਿ ਕਿਸ ਤਰੀਕੇ ਨਾਲ ਜਿੱਦਾਂ ਮਾਤਾ ਜੀ ਨੇ ਉਹ ਪਾਣੀ ਵਾਰਨਗੇ, ਹੈ ਨਾ, ਇਹ ਵਿਆਹੁਣ ਲਈ ਜਾਣਗੇ ਜਿਹੜੇ ਛੋਟੇ ਸਾਹਿਬਜ਼ਾਦੇ ਔਰ ਵੱਡੇ ਸਾਹਿਬਜ਼ਾਦੇ ਨੇ, ਸਿੱਖਾਂ ਨੂੰ ਮਤਲਬ ਸਾਹਿਬਜ਼ਾਦਿਆਂ ਦੇ ਤੌਰ 'ਤੇ ਜਿਹੜਾ ਆ ਉਹ ਪੇਸ਼ ਕੀਤਾ ਆ, ਔਰ ਮਾਤਾ ਜੀ ਨੂੰ ਇੱਦਾਂ ਦਿਖਾਇਆ ਕਿ ਮਾਤਾ ਜੀ ਉੱਥੇ ਬੈਠੇ ਨੇ ਅੱਗੇ ਇਹਨਾਂ ਨੂੰ ਰਿਸੀਵ ਕਰਨ ਲਈ, ਔਰ ਬਹੁਤ ਵਧੀਆ ਜਿਹੜਾ ਇਮੈਜੀਨੇਸ਼ਨ ਬਹੁਤ ਸੋਹਣੀ ਆ, ਔਰ ਉਹਨੂੰ ਸ਼ਬਦਾਂ ਦੇ ਵਿੱਚ ਲਿਖ ਦੇਣਾ ਬਾ ਕਮਾਲ ਆ। ਆਵਾਜ਼ ਬਹੁਤ ਬੁਲੰਦ ਸੀ, ਮਿਊਜ਼ਿਕ ਬਹੁਤ ਵਧੀਆ, ਔਰ ਜਿਹੜੇ ਵੀਡੀਓ ਆ ਵੀਡੀਓ ਫੋਟੋਆਂ ਅਤੇ ਵੀਡੀਓ ਕਲਿਪਸ ਲੈ ਕੇ ਜਿਹੜੇ ਉੱਥੋਂ ਦੇ ਕੁਛ ਵੀਡੀਓਜ਼ ਮੇ ਬੀ ਹੋਲਾ ਮਹੱਲਾ ਦੀਆਂ ਵੀ ਹੋਣ, ਪਰ ਦਿੱਲੀ ਦੀਆਂ ਜ਼ਿਆਦਾ ਵੀਡੀਓਜ਼ ਨੇ, ਅਤੇ ਉਹ ਵੀਡੀਓ ਨੂੰ ਲੈ ਕੇ ਜਿਹੜੀਆਂ ਵੀਡੀਓ ਦੇ ਕਲਿੱਪ ਔਰ ਫੋਟੋਆਂ ਲੈ ਕੇ ਜਿਹੜੀ ਵੀਡੀਓ ਜਿਹੜੀ ਆ ਤਿਆਰ ਕੀਤੀ ਗਈ ਆ, ਬਹੁਤ ਵਧੀਆ ਕਾਰਗੁਜ਼ਾਰੀ ਹੈ। ਸੋ ਫਰੈਂਡਸ, ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੁਰੂ ਕਰਿਓ, ਅਗਰ ਤੁਸੀਂ ਸਾਡੇ ਚੈਨਲ 'ਤੇ ਨਹੀਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਸ਼ੁਰੂ ਕਰਕੇ ਜਾਇਓ, ਅਤੇ ਓਰੀਜਨਲ ਸੌਂਗ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦੇਵਾਂਗੇ, ਤੁਸੀਂ ਉੱਥੇ ਵੀ ਜਾ ਕੇ ਸੌਂਗ ਸੁਣੋ ਔਰ ਉਸਨੂੰ ਸ਼ੇਅਰ ਕਰੋ ਵੱਧ ਤੋਂ ਵੱਧ। ਅਤੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ।